ਅਸ਼ਕਾਲ ਅਦਾਬ ਨਮਸਕਾਰ ਪੰਜਾਬੀ ਡਾਕ ਦੇ ਸਪੈਸ਼ਲ ਪ੍ਰੋਗਰਾਮ ਬੋਲੀਵੁੱਡ ਹਲਚਲ ਦੇ ਵਿੱਚ ਤੁਹਾਡਾ ਸਭ ਦਾ ਮੈਂ ਜਬਿੱਲਾ ਸਵਾਗਤ ਕਰਦਾ ਹੈ। 22 ਮਾਰਚ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਫਿਲਮ ਆ ਰਹੀ ਹੈ ਮਜਨੂੰ, ਜਿਸ ਦਾ ਕਿ ਟ੍ਰੇਲਰ ਦੇਖਦਿਆਂ ਤੁਹਾਨੂੰ ਇੱਕ ਅਲੱਗ ਹੀ ਅਹਿਸਾਸ ਜਿਹਾ ਹੁੰਦਾ ਹੈ। ਤੇਰੇ ਇਸ਼ਕ ਦੇ ਵਿੱਚ ਮੈਂ ਕਮਲਾ ਹੋਇਆ, ਤੂੰ ਮੇਰੀ ਮੈਂ ਤੇਰਾ ਹੋਇਆ। ਇੱਕ ਪਿਆਰ ਮੁਹੱਬਤ ਇਸ਼ਕ ਦੇ ਉੱਤੇ ਬਣੀ ਹੋਈ ਇਹ ਫਿਲਮ ਇੱਕ ਟ੍ਰਿਪਲ ਸਟੋਰੀ ਦਿਖਾਉਂਦੀ ਹੈ, ਜਿਸ ਦੇ ਵਿੱਚ ਕਿ ਇੱਕ ਮਜਨੂੰ ਆਪਦੀ ਲੈਲਾ ਦੇ ਪਿੱਛੇ ਭੱਜਦਾ ਹੋਇਆ ਨਜ਼ਰ ਆਉਂਦਾ ਹੈ। ਜੀ ਹਾਂ ਦੋਸਤੋ, ਕਿਰਨ ਸ਼ੇਰਗਿੱਲ, ਸਾਬੇ ਸੂਰੀ ਅਤੇ ਪ੍ਰੀਤ ਬਾਠ ਇਸ ਫਿਲਮ ਦੇ ਵਿੱਚ ਸਾਨੂੰ ਸਟਾਰਿੰਗ ਦੇ ਵਿੱਚ ਨਜ਼ਰ ਆਉਣਗੇ। ਸਪੋਰਟਿੰਗ ਰੋਲ ਦੇ ਵਿੱਚ ਸਾਨੂੰ ਗੁਰਪ੍ਰੀਤ ਪੰਗੂ ਮੈਮ ਅਤੇ ਨਿਰਮਲ ਰਿਸ਼ੀ ਜੀ ਨਜ਼ਰ ਆਉਣਗੇ। ਅੱਜ ਕੋਈ ਫੈਸਲਾ ਮਜਬੂਰੀ 'ਚ ਨਹੀਂ ਲਈ ਨਾ। ਸਿਮਰਨ ਭਰਦਵਾਜ, ਹਸਮਤ ਸੁਲਤਾਨਾ ਦੇ ਗਾਏ ਹੋਏ ਗੀਤਾਂ ਨੂੰ ਜਦੋਂ ਤੁਸੀਂ ਸੁਣਦੇ ਹੋ ਤਾਂ ਇੱਕ ਤੁਹਾਡੇ ਕੰਨਾਂ ਦੇ ਵਿੱਚ ਅਲੱਗ ਜਿਹਾ ਅਹਿਸਾਸ ਹੁੰਦਾ ਹੈ। ਮਿੱਠੇ ਮਿੱਠੇ ਬੋਲ, ਗੁਰਮੀਤ ਸਿੰਘ ਦਾ ਸੰਗੀਤ ਜਦੋਂ ਤੁਸੀਂ ਕੰਨਾਂ ਦੇ ਵਿੱਚ ਸੁਣਦੇ ਹੋ ਤਾਂ ਉਹ ਤੁਹਾਨੂੰ ਇੱਕ ਅਲੱਗ ਹੀ ਜਗ੍ਹਾ ਦੇ ਵਿੱਚ ਲੈ ਜਾਂਦੇ ਨੇ। ਪੰਜਾਬ ਦੀ ਮਿੱਟੀ ਦੀ ਜਿਹੜੀ ਖੁਸ਼ਬੂ ਆ ਉਹ ਤੁਹਾਡੇ ਤੱਕ ਪਹੁੰਚਦੀ ਹੈ। ਫਿਲਮ ਇੱਕ ਮੁਹੱਬਤ ਇਸ਼ਕ ਦੇ ਬੇਸ ਉੱਤੇ ਬਣੀ ਗਈ ਹੈ। ਸਟਾਰ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਸਾਡੀ ਫਿਲਮ ਹੈ ਉਹ ਇਕੱਲੀ ਤੁਸੀਂ ਆਪਣੇ ਫਰੈਂਡਸ ਦੇ ਨਾਲ ਨਹੀਂ, ਇੱਕ ਫੈਮਿਲੀ ਮੂਵੀ ਹੈ, ਫੈਮਿਲੀ ਦੇ ਨਾਲ ਬੈਠ ਕੇ ਦੇਖ ਸਕਦੇ ਹੋ। ਵੈਸੇ ਵੀ ਜਿਹੜੇ ਲੋਕ ਛੱਡ ਕੇ ਜਾਂਦੇ ਨੇ ਨਾ, ਉਹਨਾਂ ਨਾਲ ਸਾਡੀ ਕੋਈ ਯਾਰੀ। ਪ੍ਰੀਤ ਬਾਠ, ਕਿਰਨ ਸ਼ੇਰਗਿੱਲ ਅਤੇ ਸਾਬੀ ਸੂਰੀ ਦੇ ਵੱਲੋਂ ਇਹ ਫਿਲਮ ਜਿਹੜੀ ਮਜਨੂੰ ਆ 22 ਮਾਰਚ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਨਜ਼ਰ ਆਵੇਗੀ। ਅਤੇ ਤੁਹਾਡੇ ਕੀ ਰਾਏ ਆ ਉਸ ਫਿਲਮ ਦੇ ਟ੍ਰੇਲਰ ਨੂੰ ਦੇਖ ਕੇ, ਜ਼ਰੂਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ। ਗੱਲ ਇਸ ਹੱਦ ਤੱਕ ਵੱਧ ਚੁੱਕੀ ਹੈ ਕਿ ਮੇਰੇ ਵਸੋਂ ਵੀ ਬਾਹਰ ਹੋ ਗਏ। ਤੇ ਜਿਹੜੇ ਉਹਨਾਂ ਦੇ ਗਾਣੇ ਨੇ, ਗਾਣਿਆਂ ਦੇ ਵਿੱਚ ਜਿਹੜੀ ਮਿਠਾਸ ਆ, ਪੰਜਾਬ ਦੀ ਖੁਸ਼ਬੂ ਆ, ਪੰਜਾਬ ਦੀ ਮਿੱਟੀ ਦੀ ਖੁਸ਼ਬੂ ਆ, ਉਹ ਤੁਹਾਨੂੰ ਕਿਵੇਂ ਦੀ ਲੱਗੀ? ਕਿੰਨਾ ਕੁ ਐਕਸਾਈਟਡ ਕਰ ਰਹੀ ਹੈ ਤੁਹਾਨੂੰ ਉਹ ਫਿਲਮ? ਵੀ ਛੇਤੀ ਆ ਜਾਓ 22 ਮਾਰਚ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਅਤੇ ਦੇਖੋ, ਕਿਉਂਕਿ ਇੱਕ ਪੰਜਾਬ ਦੀ ਮੂਵੀ ਬਣਾਈ ਹੋਈ ਆ, ਪੰਜਾਬ ਦੀ ਮਿੱਟੀ ਦੀ ਖੁਸ਼ਬੂ ਨੂੰ ਲੈ ਕੇ ਇੱਕ ਮੂਵੀ ਬਣਾਈ ਗਈ ਆ। ਕਿਰਨ ਸ਼ੇਰਗਿੱਲ, ਸਾਬੀ ਸੂਰੀ ਅਤੇ ਪ੍ਰੀਤ ਬਾਠ, ਦੇਖੋ ਜ਼ਰੂਰ 22 ਮਾਰਚ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਮੂਵੀ ਮਜਨੂੰ। ਦੋ ਜੀ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ, ਸ਼ਬਾ ਖੈਰ।